SGPC ਪ੍ਰਧਾਨ ਹਰਜਿੰਦਰ ਧਾਮੀ ਨੇ ਸੁਲਤਾਨਪੁਰ ਲੋਧੀ ਹਿੰਸਾ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ। ਸਰਦਾਰ ਭਗਵੰਤ ਮਾਨ ਮੁੱਖ ਮੰਤਰੀ, ਜਿਨ੍ਹਾਂ ਪਾਸ ਪੰਜਾਬ ਦਾ ਗ੍ਰਹਿ ਮੰਤਰਾਲਾ ਵੀ ਹੈ, ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਸੁਲਤਾਨਪੁਰ ਲੋਧੀ ਦੇ ਵਿੱਚ ਹੋਈ ਹਿੰਸਾ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸ ਦਿੱਤਾ। ਪੁਲਿਸ ਨੇ ਫਾਇਰਿੰਗ ਕੀਤੀ ਆ, ਬੂਟ ਪਾਏ ਹੋਏ ਸੀ, ਅਤੇ ਕਿਹਦੀ ਪਰਮਿਸ਼ਨ ਦੇ ਨਾਲ ਗਈ ਆ। ਉਹ ਰਿਪੋਰਟ ਜਿਹੜੀ ਅੱਜ ਜਨਤਕ ਕਰ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉਹਦੇ 'ਚ ਬੜਾ ਸਪੱਸ਼ਟ ਲਿਖਿਆ ਹੈ ਕਿ ਇਹਦੇ 'ਚ ਜ਼ਿੰਮੇਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਪੰਜਾਬ ਦੇ DGP ਗੌਰਵ ਯਾਦਵ ਸਾਹਿਬ। ਕਿਉਂਕਿ ਦੋਨਾਂ ਦੀ ਮਨਜ਼ੂਰੀ ਤੋਂ ਬਿਨਾਂ ਜਾਂ ਦੋਨਾਂ ਨੂੰ ਨਾ ਪਤਾ ਹੋਵੇ ਇਹ ਹੋ ਨਹੀਂ ਸਕਦਾ। ਪੰਜਾਬ ਸਰਕਾਰ ਜ਼ਿੰਮੇਵਾਰ, ਪੰਜਾਬ ਸਰਕਾਰ ਜ਼ਿੰਮੇਵਾਰ, ਮਤਲਬ ਉਹਨਾਂ ਨੇ ਵਿੱਚ ਨਾਂ ਲਿਖਿਆ ਕਿ ਪੰਜਾਬ ਦੇ CM ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ, DGP ਉਹਨਾਂ ਦੋਨਾਂ ਜਾਣਿਆਂ ਨੂੰ ਉਹਨਾਂ ਮੰਨਿਆ ਗਾ ਇਹਦੇ ਵਿੱਚ ਕਿ ਇਹਨਾਂ ਦਾ ਹੀ ਕਸੂਰ ਹੈ। ਜੋ ਵੀ ਮਰਿਆਦਾ ਭੰਗ ਹੋਈ ਹੈ, ਜੋ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਆ, ਉਹਦੇ 'ਚ ਮੁੱਖ ਮੰਤਰੀ ਜ਼ਿੰਮੇਵਾਰ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਕਿਉਂ ਲਿਆ ਕਿ ਜਦੋਂ ਬਹਿਬਲ ਕਲਾਂ ਗੋਲੀਕਾਂਡ ਜਾਂ ਕੋਟਕਪੁਰਾ ਗੋਲੀਕਾਂਡ ਵਾਪਰਿਆ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਨ, ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ, DGP ਸੁਮੇਧ ਸੈਣੀ। ਕਿ ਜੇ ਉਸ ਸਮੇਂ DGP ਜਾਂ ਮੁੱਖ ਮੰਤਰੀ ਜ਼ਿੰਮੇਵਾਰ ਹੋ ਸਕਦੇ ਨੇ, ਅੱਜ ਜਦੋਂ ਇਹ ਵਾਪਰਦੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਗੁਰਦੁਆਰਾ ਅਕਾਲ ਬੁੰਗਾ ਸੀ, ਅਤੇ ਹੁਣ ਇਸ ਸਮੇਂ ਦੇ ਮੁੱਖ ਮੰਤਰੀ ਜ਼ਿੰਮੇਵਾਰ, ਇਸ ਸਮੇਂ ਦੇ ਗ੍ਰਹਿ ਮੰਤਰੀ ਜ਼ਿੰਮੇਵਾਰ, ਇਸ ਸਮੇਂ ਦੇ DGP ਜ਼ਿੰਮੇਵਾਰ। ਪਰ ਪੁਲਿਸ ਦੀ ਅੱਧੀ ਰਾਤ ਨੂੰ ਹੀ ਇਹ ਕਿਹੜੀ ਵੇਲੇ 'ਚ ਬਾਹ ਆ ਗਈ ਸੀਗੀ, ਉਹਨਾਂ ਨੇ ਕੰਮ ਹੀ ਚੱਕ ਦਿੱਤਾ ਹੈਗਾ। ਇਹ ਤਾਂ ਇੱਕ ਕੌਮ ਦਾ ਮਸਲਾ ਹੋ ਸਕਦਾ, ਸਟੇਟ ਦਾ ਮਸਲਾ ਨਹੀਂ ਸੀ, ਪੰਜਾਬ ਪੁਲਿਸ ਦਾ ਮਸਲਾ ਨਹੀਂ, ਪੰਜਾਬ ਸਰਕਾਰ ਦਾ ਮਸਲਾ ਸੀ। ਉਹਨਾਂ ਦੋਨਾਂ ਜਾਣਿਆਂ ਨੂੰ ਬਿਠਾ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਲ ਕੱਢ ਸਕਦੀ ਸੀ। ਉਹ ਇੱਕ ਪੰਥ ਦਾ ਮਸਲਾ ਸੀ, ਉਹ ਸਟੇਟ ਦਾ ਮਸਲਾ ਨਹੀਂ। ਸਟੇਟ ਦਾ ਮਸਲਾ ਉਦੋਂ ਹੁੰਦਾ ਜਦੋਂ ਕਾਨੂੰਨ ਵਿਵਸਥਾ ਦਾ ਮਸਲਾ ਹੋ ਜੇ, ਔਰ ਪੁਲਿਸ ਜਾਣਦੀ ਹੈ ਕਿਵੇਂ ਐਕਸ਼ਨ ਲਿਆ ਜਾਂਦਾ। ਇਸੇ ਕਰਕੇ ਤਾਂ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਖਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਕਪੂਰਥਲੇ ਦੇ SSP ਔਰ DC ਨੇ ਨਾ ਲਿਖਤੀ ਤੌਰ 'ਤੇ ਨਾ ਜ਼ਬਾਨੀ ਤੌਰ 'ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਸਪੱਸ਼ਟ ਹੁੰਦਾ ਕਿ ਸਰਕਾਰ ਦੀ ਇਨਵੋਲਵਮੈਂਟ, ਹਾਲਾਂਕਿ ਜਿਹੜਾ ਫੈਸਲਾ, ਜਿਹੜੀ ਕਮੇਟੀ ਬਣਾਈ ਗਈ ਹੈ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਕਮੇਟੀ ਬਣੀ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਮਨਦੀਪ ਸਿੰਘ। SGPC ਪ੍ਰਧਾਨ ਹਰਜਿੰਦਰ ਧਾਮੀ ਨੇ ਸੁਲਤਾਨਪੁਰ ਲੋਧੀ ਹਿੰਸਾ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ। ਸੁਲਤਾਨਪੁਰ ਲੋਧੀ ਦੇ ਵਿੱਚ ਹੋਈ ਹਿੰਸਾ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸ ਦਿੱਤਾ ਹੈ। ਨਾਲ ਹੀ ਗੱਲ ਕਰਾਂਗੇ, ਕਾਂਗਰਸ ਅਤੇ ਆਪ ਦਾ ਦਿੱਲੀ ਦੇ ਵਿੱਚ ਗੱਠਜੋੜ ਹੋ ਗਿਆ ਅਤੇ ਪੰਜਾਬ ਦੇ ਵਿੱਚ ਕਿੰਨੀ ਸੀਟਾਂ 'ਤੇ ਸਹਿਮਤੀ ਬਣੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਨਾਲ ਹੀ ਗੱਲ ਕਰਾਂਗੇ, ਸੁਖਪਾਲ ਸਿੰਘ ਖਹਿਰਾ ਦੀ ਜਾਨ ਨੂੰ ਖਤਰਾ ਦੱਸਿਆ ਗਿਆ, ਇਹ ਖਤਰਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦੱਸਿਆ ਗਿਆ। ਪੂਰਾ ਮਸਲਾ ਕੀ ਹੈ, ਤਿੰਨੋਂ ਵਿਸ਼ਿਆਂ 'ਤੇ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਮੌਜੂਦ ਹੋਣਗੇ। ਭੁੱਲਰ ਸਾਹਿਬ, ਜਿਹੜਾ ਅੱਜ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਦੇ ਕਿਹਾ ਵੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਬੋਲਿਆ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਹਦੇ ਵਿੱਚ ਗ੍ਰਹਿ ਮੰਤਰੀ ਨੇ ਭਗਵੰਤ ਮਾਨ ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸੁਲਤਾਨਪੁਰ ਲੋਧੀ ਸਾਹਿਬ 'ਚ ਜਿਹੜਾ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ, ਉਹਦੇ 'ਚ ਜਿਹੜਾ ਉਦਨ ਫਾਇਰਿੰਗ ਹੋਈ ਹੈ, ਜਿਸ ਦਿਨ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ
ਦਿਹਾੜਾ ਸੀ ਉਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਚੱਲ ਰਹੇ ਸੀ ਔਰ ਪੁਲਿਸ ਵੜਦੀ ਆ ਇਹਦੇ 'ਚ ਇਲਜ਼ਾਮ ਲੱਗਣਗੇ ਪੁਲਿਸ ਨੇ ਫਾਇਰਿੰਗ ਕੀਤੀ ਆ ਬੂਟ ਪਾਏ ਹੋਏ ਸੀ ਯੂਨੀਫਾਰਮ ਦੇ ਵਿੱਚ ਗਈ ਆ ਅਤੇ ਕਿਹਦੀ ਪਰਮਿਸ਼ਨ ਦੇ ਨਾਲ ਗਈ ਆ ਇਹ ਜਿਹੜੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 6 ਮੈਂਬਰੀ ਇੱਕ ਕਮੇਟੀ ਬਣਾਈ ਸੀ ਜਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਉਹ ਰਿਪੋਰਟ ਜਿਹੜੀ ਅੱਜ ਜਨਤਕ ਕਰ ਦਿੱਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਜਿਹੜੀ ਉਹ ਰਿਪੋਰਟ ਹੈ 4 ਪੇਜ ਦੀ ਉਹਦੇ 'ਚ ਬੜਾ ਸਪੱਸ਼ਟ ਲਿਖਿਆ ਹੈ ਕਿ ਇਹਦੇ 'ਚ ਜ਼ਿੰਮੇਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਸਾਹਿਬ ਕਿਉਂਕਿ ਦੋਨਾਂ ਦੀ ਮਨਜ਼ੂਰੀ ਤੋਂ ਬਿਨਾਂ ਜਾਂ ਦੋਨਾਂ ਨੂੰ ਨਾ ਪਤਾ ਹੋਵੇ ਇਹ ਹੋ ਨਹੀਂ ਸਕਦਾ ਅਤੇ ਜੇ ਉਹ ਜਿਹੜਾ ਪੁਲਿਸ ਨੇ ਸਾਰਾ ਜਿਹੜਾ ਉੱਥੇ ਐਕਸ਼ਨ ਕੀਤਾ ਹੈਗਾ ਇਹਦਾ ਉਹਨਾਂ ਨੇ ਕਿਹਾ ਕਿ ਸਿਰਫ ਅਤੇ ਸਿਰਫ ਸਿੱਧੇ ਰੂਪ ਦੇ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਆ ਪੰਜਾਬ ਸਰਕਾਰ ਜ਼ਿੰਮੇਵਾਰ ਮਤਲਬ ਉਹਨਾਂ ਨੇ ਵਿੱਚ ਨਾਂ ਲਿਖਿਆ ਕਿ ਪੰਜਾਬ ਦੇ CM ਜਿਹਨਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਆ DGP ਜਿਹਨਾਂ ਦੀ ਪੂਰੀ ਕੰਟਰੋਲ ਦੇ ਵਿੱਚ ਆ ਸਭ ਕੁਛ ਉਹ ਦੋਨਾਂ ਜਾਣਿਆਂ ਨੂੰ ਉਹਨਾਂ ਮੰਨਿਆ ਗਾ ਇਹਦੇ ਵਿੱਚ ਕਿ ਇਹਨਾਂ ਦਾ ਹੀ ਕਸੂਰ ਹੈ ਨਹੀਂ ਤਾਂ ਕੋਈ ਵੀ ਜਿਹੜੀ ਪੁਲਿਸ ਆ ਉਹ ਆਪਣੇ DGP ਜਾਂ ਜਿਹੜਾ ਸਟੇਟ ਦੇ ਮੁੱਖ ਮੰਤਰੀ ਆ ਉਹਨਾਂ ਦੇ ਧਿਆਨ ਵਿੱਚ ਨਾ ਹੋਵੇ ਅਤੇ ਸਵਾਲ ਪੈਦਾ ਹੁੰਦਾ ਨਹੀਂ ਅਤੇ ਇਸ ਕਰਕੇ ਉਹਨੇ ਕਿਹਾ ਕਿ ਜੋ ਵੀ ਉਸ ਦਿਨ ਕਾਰਵਾਈ ਹੈ ਜੋ ਵੀ ਕੁਝ ਨੁਕਸਾਨ ਹੋਇਆ ਵਾ ਜੋ ਵੀ ਮਰਿਆਦਾ ਭੰਗ ਹੋਈ ਆ ਜੋ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਉਹਦੇ 'ਚ ਮੁੱਖ ਮੰਤਰੀ ਜ਼ਿੰਮੇਵਾਰ ਆ ਹੁਣ ਸਵਾਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਕਿਉਂ ਲਿਆ ਇਹ ਚਰਚਾ ਸ਼ੁਰੂ ਹੋ ਚੁੱਕੀ ਆ ਕਿਉਂਕਿ ਕਾਂਗਰਸ ਵੀ ਮੰਨਦੀ ਆ ਆਮ ਆਦਮੀ ਪਾਰਟੀ ਵੀ ਮੰਨਦੀ ਆ ਅਤੇ ਹੋਰ ਵੀ ਲੋਕ ਮੰਨਦੇ ਨੇ ਕਿ ਜਦੋਂ ਬਹਿਬਲ ਕਲਾਂ ਗੋਲੀਕਾਂਡ ਜਾਂ ਕੋਟਕਪੁਰਾ ਗੋਲੀਕਾਂਡ ਵਾਪਰਿਆ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਨ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ DGP ਸੁਮੇਧ ਸੈਣੀ ਕਿ ਜੇ ਉਸ ਸਮੇਂ ਜੇ DGP ਜਾਂ ਮੁੱਖ ਮੰਤਰੀ ਜ਼ਿੰਮੇਵਾਰ ਹੋ ਸਕਦੇ ਨੇ ਅਤੇ ਅੱਜ ਜਦੋਂ ਇਹ ਵਾਪਰਦੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਗੁਰਦੁਆਰਾ ਅਕਾਲ ਬੁੰਗਾ ਸੀ ਅਤੇ ਹੁਣ ਇਸ ਸਮੇਂ ਦੇ ਮੁੱਖ ਮੰਤਰੀ ਜ਼ਿੰਮੇਵਾਰ ਇਸ ਸਮੇਂ ਦੇ ਗ੍ਰਹਿ ਮੰਤਰੀ ਜ਼ਿੰਮੇਵਾਰ ਇਸ ਸਮੇਂ ਦੇ DGP ਜ਼ਿੰਮੇਵਾਰ ਕਿਉਂਕਿ ਉੱਥੇ ਦੋ ਇੱਕ ਪਾਸੇ ਸੀ ਬਾਬਾ ਬਲਬੀਰ ਸਿੰਘ ਹੋਣੀ ਜਿਹੜੇ 96 ਕਰੋੜੀ ਨੇ ਦੂਜੇ ਪਾਸੇ ਬਾਬਾ ਮਾਨ ਸਿੰਘ ਉਹਨਾਂ ਦੋਨਾਂ ਦਾ ਹੋ ਸਕਦਾ ਦੋਨਾਂ ਨੂੰ ਬਿਠਾ ਕੇ ਮਸਲਾ ਹੱਲ ਹੋ ਸਕਦਾ ਸੀ ਪਰ ਉਹ ਪੁਲਿਸ ਦਾ ਜਿਹੜਾ ਐਕਸ਼ਨ ਦਿਖਾਇਆ ਗਿਆ ਉਹਦੇ ਮਸਲੇ ਦੇ ਬਿਨਾਂ ਕਿ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਪੁਲਿਸ ਦੀ ਅੱਧੀ ਰਾਤ ਨੂੰ ਹੀ ਇਹ ਕਿਹੜੀ ਵੇਲੇ 'ਚ ਬਾਹ ਆ ਗਈ ਸੀਗੀ ਉਹਨਾਂ ਨੇ ਕੰਮ ਹੀ ਚੱਕ ਦਿੱਤਾ ਹੈਗਾ ਨਾਲੇ ਉਹ ਉੱਥੇ ਫਾਇਰਿੰਗ ਵੀ ਕਰਨੀ ਪਈ ਇਹ ਰਿਪੋਰਟਾਂ ਆਈਆਂ ਹੈਗੀਆਂ ਵੀ ਇਹ ਤਾਂ ਮਸਲਾ ਉਹਨਾਂ ਨੇ ਵੀ SGPC ਪ੍ਰਧਾਨ ਜਿਹੜੇ ਧਾਮੀ ਨੇ ਕਹਿੰਦੇ ਵਾਰਨਿੰਗ ਦਿੱਤੀ ਜਾ ਸਕਦੀ ਸੀਗੀ ਬਿਠਾਇਆ ਜਾ ਸਕਦਾ ਸੀਗਾ ਪਰ ਉਹਨਾਂ ਨੇ ਮਿੰਟ ਨਹੀਂ ਲਾਇਆ ਨਾਲ ਦੀ ਨਾਲ ਕਾਰਵਾਈ ਕਰ ਦਿੱਤੀ ਦੇਖੋ ਦੋ ਜਾਣਿਆਂ ਦਾ ਮਸਲਾ ਸੀ ਨਾ ਕਿ ਉਹ ਗੁਰਦੁਆਰਾ ਕੀ ਬਾਬਾ ਬਲਬੀਰ ਸਿੰਘ ਦਾ ਸੀ ਉਹਨਾਂ ਦੀ ਅਗਵਾਈ 'ਚ ਚੱਲ ਰਹੇ ਸੀ ਉੱਥੇ ਗੁਰਦੁਆਰਾ ਜਾਂ ਬਾਬਾ ਮਾਨ ਸਿੰਘ ਦਾ ਇਹ ਤਾਂ ਇੱਕ ਕੌਮ ਦਾ ਮਸਲਾ ਹੋ ਸਕਦਾ ਸਟੇਟ ਦਾ ਮਸਲਾ ਨਹੀਂ ਸੀ ਪੰਜਾਬ ਪੁਲਿਸ ਦਾ ਮਸਲਾ ਨਹੀਂ ਇਹ ਪੰਜਾਬ ਸਰਕਾਰ ਦਾ ਮਸਲਾ ਸੀ ਉਹਨਾਂ ਦੋਨਾਂ ਜਾਣਿਆਂ ਨੂੰ ਬਿਠਾ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਲ ਕੱਢ ਸਕਦੀ ਸੀ ਜਾਂ ਅਕਾਲ ਤਖਤ ਸਾਹਿਬ ਦੀ ਇਨਵੋਲਵਮੈਂਟ ਹੋ ਸਕਦੀ ਉਹ ਇੱਕ ਪੰਥ ਦਾ ਮਸਲਾ ਸੀ ਉਹ ਸਟੇਟ ਦਾ ਮਸਲਾ ਨਹੀਂ ਸਟੇਟ ਦਾ ਮਸਲਾ ਉਦੋਂ ਹੁੰਦਾ ਜਦੋਂ ਕਾਨੂੰਨ ਵਿਵਸਥਾ ਦਾ ਮਸਲਾ ਹੋ ਜੇ ਉਸ ਤੋਂ ਪਹਿਲਾਂ ਨਹੀਂ ਹੈਗਾ ਔਰ ਪੁਲਿਸ ਜਾਂਦੀ ਹੈ ਕਿਵੇਂ ਐਕਸ਼ਨ ਲਿਆ ਜਾਂਦਾ ਇਸੇ ਕਰਕੇ ਤਾਂ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈਗਾ ਔਰ ਉਹਨੇ ਕਿਹਾ ਕਿ ਅਸੀਂ ਉੱਥੇ ਜਿਹੜੇ ਲੋਕਾਂ ਜਿਹੜੇ ਕਮੇਟੀ ਬਣਾਈ ਆ
ਉਹਨੇ ਕਿਹਾ ਕਿ ਜਿੰਨੇ ਵੀ ਚਸ਼ਮਦੀਦ ਸੀ ਜਾਂ ਜਿਹੜੇ ਮੌਕੇ 'ਤੇ ਹਾਜ਼ਰ ਸਨ ਉਹ ਸਾਰਿਆਂ ਨੂੰ ਪੁੱਛਿਆ ਗਾ, ਔਰ ਇੱਥੋਂ ਤੱਕ ਕਿ ਉਹ ਕਹਿ ਰਹੇ ਨੇ ਕਿ ਜਿਹੜੇ ਮੌਕੇ 'ਤੇ SHO, DSP, ਇੰਸਪੈਕਟਰ, SP, SDM ਜਿਹੜੇ ਵੀ ਅਸੀਂ ਉਹਨਾਂ ਕੋਲ ਪੁੱਛਿਆ, ਲੇਕਿਨ ਕਪੂਰਥਲੇ ਦੇ SSP ਔਰ DC ਨੇ ਨਾ ਲਿਖਤੀ ਤੌਰ 'ਤੇ ਨਾ ਜ਼ਬਾਨੀ ਤੌਰ 'ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਸਪੱਸ਼ਟ ਹੁੰਦਾ ਕਿ ਸਰਕਾਰ ਦੀ ਇਨਵੋਲਵਮੈਂਟ, ਹਾਲਾਂਕਿ ਜਿਹੜਾ ਫੈਸਲਾ ਜਿਹੜੀ ਕਮੇਟੀ ਬਣਾਈ ਗਈ ਆ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਕਮੇਟੀ ਬਣੀ ਆ, ਅਤੇ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦਾ ਮਸਲਾ ਆਉਂਦਾ, ਸ਼੍ਰੀ ਅਕਾਲ ਸਾਹਿਬ ਦਾ ਮਸਲਾ ਆਉਂਦਾ, ਉਹ ਚਾਹੇ ਕੋਈ ਆਫਿਸਰ ਸਰਕਾਰੀ ਪੋਸਟ 'ਤੇ ਹੈ, ਚਾਹੇ ਉਹ ਸਿੱਖ ਨਹੀਂ ਹੈ, ਚਾਹੇ ਉਹ ਨੌਨ ਸਿੱਖ ਆ, ਪਰ ਉਹ ਪੰਜਾਬ ਦੇ ਮਸਲਾ, ਉਹ ਸਿੱਖ ਦਾ ਮਸਲਾ ਹੈਗਾ, ਅਤੇ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਲੇਕਿਨ ਪਤਾ ਨਹੀਂ ਕਿ ਕਪੂਰਥਲੇ ਦੇ SSP ਨੇ ਔਰ ਕਪੂਰਥਲਾ ਦੇ DC ਨੇ ਕਿਉਂ ਨਹੀਂ ਇਹ ਤਵੱਕੋ ਦਿੱਤੀ, ਕਿਉਂ ਨਹੀਂ ਉਹਨਾਂ ਨੇ ਆਪਣੀ ਸਟੇਟਮੈਂਟ ਲਿਖਾਈ ਹੈਗੀ। ਇਹਦਾ ਮਤਲਬ ਜੇ ਨਹੀਂ ਲਿਖਾਈ ਤਾਂ ਇਹ ਉਹ ਸਰਕਾਰ ਦਾ ਪ੍ਰੈਸ਼ਰ ਹੋਊਗਾ। ਹੁਣ ਸਵਾਲ ਇਹ, ਅਤੇ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲੀਅਰ ਕੱਟ ਕਹਿ ਦਿੱਤਾ ਹੈਗਾ ਕਿ ਜਿਹੜੇ ਦੋਸ਼ੀ ਨੇ ਇਸ ਮਸਲੇ ਦੇ ਵਿੱਚ, ਜਿਹੜੀ 4 ਪੇਜ ਦੀ ਜਿਹੜਾ ਆਪਾਂ ਆਖਰੀ ਪੈਰਾ ਪੜ੍ਹ ਵੀ ਦਿੰਦੇ ਹੈਗੇ ਉਹਦੇ 'ਚ ਕੀ ਲਿਖਦੇ ਹੈਗੇ ਨੇ, ਉਹ ਕਹਿੰਦੇ ਨੇ ਕਿ 22 ਸਵਾਲ ਭੇਜੇ ਸੀ SSP ਅਤੇ DC ਨੂੰ, 22 ਸਵਾਲਾਂ ਦਾ ਜਵਾਬ ਨਹੀਂ ਆਇਆ ਗਾ। ਫਿਰ ਉਹ ਲਿਖਦੇ ਹੈਗੇ ਨੇ ਜਿਹੜਾ ਕਹਿੰਦੇ ਨੇ ਕਿ DC ਅਤੇ SSP ਕਪੂਰਥਲਾ ਨੂੰ ਸ਼੍ਰੀ ਅਕਾਲ ਸਿੰਘ ਸਾਹਿਬ ਵੱਲੋਂ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਕੀਤੀ ਗਈ ਪੜਤਾਲੀਆ ਕਮੇਟੀ ਰਾਹੀਂ ਦੋਨਾਂ ਅਧਿਕਾਰੀਆਂ ਨੂੰ ਈਮੇਲ ਰਾਹੀਂ ਭੇਜੇ ਅਤੇ ਦੱਸੀ ਦਿੱਤੇ 22 ਸਵਾਲਾਂ ਦੇ ਜਵਾਬ ਨਾ ਦੇਣਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਤੋਂ ਇਨਕਾਰੀ ਹੋਣਾ। ਪੜਤਾਲੀਆ ਕਮੇਟੀ ਇਸ ਨਤੀਜੇ 'ਤੇ ਪੁੱਜੀ ਹੈ ਕਿ ਇਸ ਗੋਲੀਕਾਂਡ ਵਿੱਚ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ, ਅੰਦਰੋਂ ਕਿਸੇ ਵੱਲੋਂ ਕੋਈ ਵੀ ਝਗੜਾ ਨਾ ਕਰਨਾ, ਇੱਕ ਘਿਨਾਉਣੇ ਜੁਰਮ ਦਾ ਸੰਕੇਤ ਦਿੰਦਾ। ਇੱਥੇ ਵੀ ਜ਼ਿਕਰ ਜੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ਼੍ਰੀ ਅਖੰਡ ਸਾਹਿਬ ਦੇ ਪਾਠ ਜਾਰੀ ਸਨ ਅਤੇ ਕੋਈ ਵੀ ਹਿੰਸਕ ਘਟਨਾ ਅੰਦਰ ਵਾਲਿਓ ਪਾਸੇ ਨਹੀਂ ਹੋਈ। ਫਿਰ ਬਗੈਰ ਸਪੀਕਰਾਂ ਦੀ ਵਾਰਨਿੰਗ ਤੋਂ ਵਰਦੀਆਂ ਅਤੇ ਬੂਟਾਂ ਸਮੇਤ ਪੁਲਿਸ ਦਾ ਗੁਰਦੁਆਰੇ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਅਤੇ ਆਟੋਮੈਟਿਕ ਰਾਈਫਲਾਂ ਰਾਹੀਂ 1000 ਤੋਂ ਉੱਪਰ ਗੋਲੀਆਂ ਚਲਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇੱਥੇ ਮੁੱਖ ਤੌਰ 'ਤੇ 3 ਸਵਾਲ ਪੈਦਾ ਹੁੰਦੇ ਨੇ। ਪਹਿਲਾ, ਪੁਲਿਸ ਕਿਸ ਦੇ ਹੁਕਮ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ? ਦੂਸਰਾ, ਵਰਦੀ ਅਤੇ ਬੂਟਾਂ ਸਮੇਤ ਮਰਿਆਦਾ ਦਾ ਭੰਗ ਹੋਣਾ? ਤੀਸਰਾ, ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣਾ ਕਿਸ ਦੇ ਹੁਕਮਾਂ ਅਧੀਨ ਹੋਇਆ? ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਉੱਤਰ ਨਾ ਦੇਣਾ ਦਰਸਾਉਂਦਾ ਕਿ ਇਸ ਲਈ ਜ਼ਾਹਿਰ ਤੌਰ 'ਤੇ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਪਾਸ ਪੰਜਾਬ ਦਾ ਗ੍ਰਹਿ ਮੰਤਰਾਲਾ ਵੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਅਤੇ ਗੁਰਦੁਆਰਾ ਸਾਹਿਬ ਮਰਿਆਦਾ ਦਾ ਭੰਗ ਕਰਾਉਣ ਦੇ ਮੁੱਖ ਤੌਰ 'ਤੇ ਜ਼ਿੰਮੇਦਾਰ, ਇਸ ਲਈ ਮੌਕੇ 'ਤੇ ਇਕੱਤਰ ਕੀਤੇ ਤੱਤ ਅਤੇ ਵੱਖ ਵੱਖ ਚਸ਼ਮਦੀਦ ਅਤੇ ਆਂਢ ਗੁਆਂਢ ਲੋਕਾਂ ਵੱਲੋਂ ਮੌਕੇ 'ਤੇ ਘੋ ਕਰਕੇ ਇਹ ਰਿਪੋਰਟ ਤਿਆਰ ਕੀਤੀ ਗਈ ਅਤੇ ਰਿਪੋਰਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਪੇਸ਼ ਕੀਤੀ ਗਈ, ਜੋ ਅਗਲੀ ਕਾਰਵਾਈ ਸ਼੍ਰੀ ਅਕਾਲ ਸਾਹਿਬ ਨੂੰ ਸੌਂਪ ਦਿੱਤੀ ਜਾਊ। ਹੁਣ ਉੱਪਰ ਕੀ ਲਿਖਦੇ ਨੇ 22 ਸਵਾਲਾਂ ਤੋਂ ਕਿ ਸਰਕਾਰੀ ਮਸ਼ੀਨਰੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਦੀ ਸਰਕਾਰ ਦੇ CM ਜਾਂ DGP ਕਹਿਣ ਤੋਂ ਬਗੈਰ ਏਡੀ ਵੱਡੀ ਪੱਧਰ 'ਤੇ ਫਾਇਰਿੰਗ ਨਹੀਂ ਹੋ ਸਕਦੀ। ਗੁਰਦੁਆਰਾ ਸਾਹਿਬ ਦੇ ਅੰਦਰ ਅਥਰੂ ਗੈਸ ਦੇ ਗੋਲੇ ਸੁੱਟਣੇ, ਗੋਲੀਆਂ ਚਲਾ ਕੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣਾ, ਗੁਰੂ ਘਰ ਦੀ ਮਰਿਆਦਾ ਦਾ ਘੋਰ ਘਾਣ ਕਰਨ ਅਤੇ ਨਿੰਦਣਯੋਗ ਘਟਨਾਕ੍ਰਮ ਹੈ। ਏਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਸਰਕਾਰ ਹਾਲੇ ਵੀ ਚੁੱਪ ਬੈਠੀ ਹੈ। ਮੌਕੇ ਤੋਂ ਕੱਟ ਕੀਤੇ ਗਏ ਤੱਥ ਇਹ ਦਰਸਾਉਂਦੇ ਨੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਵੀ ਲੋਅ ਐਂਡ ਆਰਡਰ ਦੀ ਸਮੱਸਿਆ ਨਹੀਂ ਸੀ। ਹੁਣ ਇਹਦੇ 'ਚ ਕਲੀਅਰ ਕੱਟ ਕਹਿ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ 'ਚ ਉਹਨਾਂ ਨੇ ਪੜਤਾਲੀਆ ਕਮੇਟੀ ਬਣਾਈ ਸੀ। ਹੁਣ ਸਵਾਲ ਇਹ ਮਸਲੇ ਦੇ ਵਿੱਚ ਆ ਕਿ ਵਾਕਿਆ ਕੀ ਉਸ ਦਿਨ
ਪੰਜਾਬ ਸਰਕਾਰ ਨੂੰ ਉੱਥੇ ਦਖਲ ਦੇਣ ਦੀ ਲੋੜ ਸੀ, ਪੰਜਾਬ ਸਰਕਾਰ ਨੂੰ ਉਸ ਸਮੇਂ ਪੁਲਿਸ ਭੇਜਣ ਦੀ ਜ਼ਰੂਰਤ ਸੀ, ਕੀ ਗੋਲੀਆਂ ਚਲਾਉਣ ਦੀ ਲੋੜ ਸੀ, ਜਾਂ ਜਿਹੜੀ ਕਿ ਅੰਦਰੋਂ ਫਾਇਰ ਹੋਈ ਗਈ ਸੀ ਅਤੇ ਤੁਹਾਡੀ ਪ੍ਰੀਕੋਸ਼ਨ ਕੀ ਸੀ? ਇਹ ਜਿਹੜਾ ਪੁਲਿਸ ਦਾ ਜਿਹੜਾ ਉਸ ਦਿਨ ਐਕਸ਼ਨ ਆ, ਉਸ ਐਕਸ਼ਨ ਦੇ ਚੱਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨੂੰ ਦੋਸ਼ੀ ਠਹਿਰਾਇਆ। ਜਿਹੜੇ 22 ਸਵਾਲ SSP ਅਤੇ DC ਨੂੰ ਭੇਜੇ ਗਏ ਨੇ, ਸਰਕਾਰ ਨੂੰ ਭੇਜੇ ਗਏ ਨੇ, ਕੀ SSP ਅਤੇ DC ਇਹ 22 ਸਵਾਲ ਦੀ ਪਰਵਾਹ ਕਰਦੇ ਨੇ? ਸਭ ਤੋਂ ਵੱਡੀ ਗੱਲ, ਜਿਹੜੇ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੇ DC ਜਾਂ SSP ਨੂੰ, ਉਹ ਸਰਕਾਰ DC ਜਾਂ SSP ਨੂੰ, ਪੰਜਾਬ ਸਰਕਾਰ ਨੂੰ, ਕਿਉਂਕਿ DC ਅਤੇ SSP ਸਰਕਾਰ ਦੇ ਹੀ ਬੰਦੇ ਹੁੰਦੇ ਨੇ, ਔਰ DC ਜ਼ਿਲ੍ਹੇ ਦਾ ਮਾਲਕ ਹੁੰਦਾ ਹੈ। DC ਨਾਲ ਦੇ ਨਾਲ ਜਿੱਥੇ ਉਹ ਡਿਪਟੀ ਕਮਿਸ਼ਨਰ ਹੁੰਦਾ, ਨਾਲ ਉਹ DM ਵੀ ਹੁੰਦਾ, ਡਿਊਟੀ ਮੈਜਿਸਟਰੇਟ ਵੀ ਹੁੰਦਾ, ਇਸ ਕਰਕੇ DC ਤੋਂ ਬਗੈਰ ਤਾਂ ਪੱਤਾ ਨਹੀਂ ਹਿਲਦਾ ਹੈਗਾ ਨਾ, ਅਤੇ ਇਸ ਕਰਕੇ ਉਹ ਉਹਨਾਂ ਨੇ ਜ਼ਰੂਰ ਸਰਕਾਰ ਨਾਲ ਗੱਲ ਕੀਤੀ ਹੋਊਗੀ ਕਿ ਆਖਿਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲ ਭੇਜੇ ਨੇ, ਅਸੀਂ ਜਵਾਬ ਦੇਣਾ ਕਿ ਨਹੀਂ ਦੇਣਾ ਹੈਗਾ, ਅਤੇ ਇਸ ਕਰਕੇ ਮਸਲਾ ਇਹ ਨਹੀਂ ਹੈ ਕਿ ਉਹਨਾਂ ਨੂੰ ਪਰਵਾਹ ਕਿ ਨਹੀਂ ਪਰਵਾਹ, ਮਸਲਾ ਇਹ ਕਿ ਹੋ ਸਕਦਾ ਅਗਰ ਮੰਨ ਕੇ ਚੱਲਦੇ ਕਿ ਕਪੂਰਥਲੇ ਦੇ ਜਾਂ DC ਜਾਂ SSP ਜੇ ਸਿੱਖ ਹੋਏ ਅਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਖਿਲਾਫ਼ ਹੁਕਮਨਾਮਾ ਵੀ ਜਾਰੀ ਕਰ ਸਕਦਾ, ਅਤੇ ਜੇ ਕੋਈ ਉੱਥੇ ਸਿੱਖ SSP ਜਾਂ ਸਿੱਖ DC ਹੋਇਆ, ਉਹਦੀ ਬਿਪਤਾ ਵੱਧ ਜਾਏਗੀ, ਉਹ ਧਾਰਮਿਕ ਤੌਰ 'ਤੇ ਪੰਗੇ 'ਚ ਪੈ ਜਾਏਗਾ। ਇਸ ਕਰਕੇ ਹੋ ਸਕਦਾ ਕਿ ਉਹਨਾਂ ਨੇ ਆਪ ਬਚ ਕੇ ਹੋਣਗਾ SP ਜਾਂ SDM ਨੂੰ ਕਹਿ ਦਿੱਤਾ ਹੋਊਗਾ ਕਿ ਤੁਸੀਂ ਸਵਾਲਾਂ ਦੇ ਜਵਾਬ ਤੁਸੀਂ ਦੇ ਦਿਓਗੇ, ਪਰ ਫਿਰ ਵੀ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਦਾਇਰਾ, ਉਹ ਕਹਿੰਦੇ ਨੇ ਕਿ ਸਰਕਾਰ ਨੇ ਜਿਹੜੀ SIT ਬਣਾਈ ਕਿ ਨਹੀਂ, ਉਹਨੇ ਹਜੇ ਕੋਈ ਕੰਮ ਕੀਤਾ ਕਿ ਨਹੀਂ ਕੀਤਾ, ਅਤੇ ਜੇ ਸਰਕਾਰ ਦੀ ਜਦੋਂ ਕੋਈ SIT ਬਣੂ ਉਦੋਂ DC SSP ਰਿਪੋਰਟ ਦੇ ਦੇਗਾ। ਹੁਣ ਅਕਾਲ ਤਖਤ ਸਾਹਿਬ ਕੋਲ ਰਿਪੋਰਟ ਚੱਲ ਗਈ, ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਤਹਿਤ ਹੀ ਇੱਕ ਕਮੇਟੀ ਬਣੀ ਸੀ, 45 ਕਮੇਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਹੈਗੀ ਆ। ਹੁਣ ਅਕਾਲ ਤਖਤ ਸਾਹਿਬ ਨੇ ਜਥੇਦਾਰ ਸਾਹਿਬ ਨੇ ਦੇਖਣਾ, ਉਹਨੂੰ ਗਿਆਨੀ ਰਘਬੀਰ ਸਿੰਘ ਹੁਣ ਦੇਖਣਾ ਹੈਗਾ ਕਿ ਜਿਹੜੀ ਇਹ 4 ਪੰਨਿਆਂ ਦੀ ਰਿਪੋਰਟ ਸੌਂਪੀ ਗਈ ਆ ਜਥੇਦਾਰ ਸਾਹਿਬ ਨੂੰ, ਉਹਨਾਂ ਨੇ ਉਸ ਦੇ ਅੱਗੇ ਕੀ ਐਕਸ਼ਨ ਕਰਨਾ ਹੈਗਾ। ਜੇ DC SSP ਉਹਨਾਂ ਨੂੰ ਲੱਗਾ ਕਿ ਉਹਨਾਂ ਨੇ ਸਹੀ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ਾਂ ਦੇ ਵਿੱਚ ਉਹਨਾਂ ਦੀ ਕੁਤਾਹੀ ਹੈ, ਤਾਂ ਹੋ ਸਕਦਾ ਉਹਨਾਂ ਦੇ ਖਿਲਾਫ਼ ਵੀ ਕੋਈ ਕਾਰਵਾਈ ਹੋ ਸਕਦੀ ਹੈ। ਪਰ ਸਰਕਾਰ ਵੀ ਤਾਂ ਇਹ ਕਹਿ ਸਕਦੀ ਹੈ ਕਿ ਅਸੀਂ SIT ਬਣਾ ਦਿੱਤੀ ਹੈ, ਅਸੀਂ ਤੁਹਾਡੀ ਕਮੇਟੀ ਦੀ ਲੋੜ ਕੀ ਹੈਗੀ ਹੈ, ਅਸੀਂ ਆਪਣੇ ਪੱਧਰ 'ਤੇ ਇਨਕੁਆਇਰੀ ਕਰ ਰਹੇ ਹੈਗੇ ਹਾਂ। ਦੇਖੋ, ਉਹ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਧਾਰਮਿਕ ਮਸਲਾ ਹੈਗਾ। ਪਹਿਲੀ ਗੱਲ, ਧਾਰਮਿਕ ਮਸਲਿਆਂ ਦੇ ਵਿੱਚ ਸਰਕਾਰ ਨੂੰ ਪੈਣਾ ਨਹੀਂ ਚਾਹੀਦਾ ਹੈਗਾ, ਉਹ ਸਭ ਤੋਂ ਵੱਡੀ ਗੱਲ। ਸਰਕਾਰ ਦਾ ਫਰਜ਼ ਆ, ਸਰਕਾਰ ਦਾ ਫਰਜ਼ ਇਹ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣਾ ਹੁੰਦਾ। ਸਿੱਖ ਜਾਂ ਕੋਈ ਵੀ ਧਰਮ ਆ, ਉੱਥੇ ਸਟੇਟ ਦੀ ਜ਼ਿੰਮੇਵਾਰੀ ਨਹੀਂ ਹੈਗੀ। ਸਟੇਟ ਇੱਕ ਸੈਕੂਲਰ ਸਟੇਟ ਹੁੰਦੀ ਆ, ਸਟੇਟ ਸਾਰਿਆਂ ਧਰਮਾਂ ਨੂੰ ਲੈ ਕੇ ਚੱਲਦੀ ਆ। ਸਟੇਟ ਵਾਸਤੇ ਸਿੱਖ ਧਰਮ ਵੀ ਉਨਾ ਪਿਆਰਾ ਵਾ, ਹਿੰਦੂ ਧਰਮ ਵੀ ਉਨਾ ਪਿਆਰਾ, ਇਸਾਈ ਧਰਮ ਵੀ ਉਨਾ ਪਿਆਰਾ, ਬੋਧੀ ਵੀ ਉਨੇ ਪਿਆਰੇ, ਜੈਨੀ ਵੀ ਉਨੇ ਪਿਆਰੇ ਨੇ, ਉਹਦਾ ਇਹ ਨਹੀਂ ਫਰਜ਼ ਹੈਗਾ। ਸਟੇਟ ਕੋਈ ਵੀ ਹੋਵੇ, ਚਾਹੇ ਸੂਬਾ ਸਰਕਾਰ ਹੋਵੇ, ਚਾਹੇ ਸੈਂਟਰ ਸਰਕਾਰ ਹੋਵੇ, ਉਹਨਾਂ ਨੂੰ ਸਾਰੇ ਧਰਮ ਦੀ ਇੱਜ਼ਤ ਕਰਨੀ ਪੈਂਦੀ ਹੈ, ਸਾਰੇ ਧਰਮ ਦੀ ਉਹਨਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਤੁਸੀਂ ਇੱਕ ਧਰਮ ਨੂੰ ਲੈ ਕੇ ਨਹੀਂ ਚੱਲ ਸਕਦੇ, ਲੇਕਿਨ ਹਿੰਦੁਸਤਾਨ ਦੇ ਵਿੱਚ ਧਰਮ ਦੇ ਆਧਾਰ 'ਤੇ ਸਿਆਸਤ ਹੁੰਦੀ ਹੈ। ਹੁਣ ਜਿਵੇਂ ਸੈਂਟਰ ਸਰਕਾਰ ਆ, ਉਹ ਸਿਰਫ ਇੱਕੋ ਹਿੰਦੂ ਧਰਮ ਲਿਵੇਂ ਲੱਗਦਾ, ਇੱਕ ਮੈਸੇਜ ਪਹੁੰਚ ਚੁੱਕਾ, ਹੋ ਸਕਦਾ ਉਹ ਸਾਰੇ ਧਰਮਾਂ ਦੀ ਇੱਜ਼ਤ ਕਰਦੀ ਹੋਵੇ, ਲੇਕਿਨ ਇੱਕ ਮੈਸੇਜ ਆ ਕੋਈ ਹਿੰਦੂ ਭਾਈਚਾਰੇ ਨੂੰ ਪ੍ਰਮੋਟ ਕਰਦੇ, ਹਿੰਦੂ ਧਰਮ ਪ੍ਰਮੋਟ ਕਰਦੇ। ਇੱਥੇ ਪੰਜਾਬ ਸਰਕਾਰ ਦਾ ਸਵਾਲ ਆ, ਉਹ ਉਸ ਧਰਤੀ 'ਤੇ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਵੱਖਰੇ ਤੌਰ 'ਤੇ ਦੇਖਿਆ ਜਾ ਸਕਦਾ, ਸਿੱਖ ਧਰਮ ਨੂੰ ਬਾਕੀ ਧਰਮਾਂ ਨਾਲੋਂ ਵੱਖਰੇ ਤੌਰ 'ਤੇ ਵੇਖਿਆ ਜਾ ਸਕਦਾ, ਕਿਉਂਕਿ ਸਿੱਖ ਧਰਮ ਇੱਕ ਹੈ ਜਿਹੜਾ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈਗਾ, ਔਰ ਜਿਸ ਦਰਬਾਰ ਸਾਹਿਬ ਦੇ ਸਾਰੇ ਧਰਮਾਂ ਵਾਸਤੇ, ਚਾਰੇ ਵਰਨਾਂ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ, ਹੋਰ ਕਿਸੇ ਧਰਮ ਦੇ ਵਿੱਚ ਹੈ ਨਹੀਂ ਹੈ। ਅਤੇ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਘੱਟੋ ਘੱਟ, ਕਿਉਂਕਿ ਗੁਰਦੁਆਰਿਆਂ ਦੇ ਨਾਮ 'ਤੇ ਜਦੋਂ ਦਖਲ ਹੁੰਦੀ ਆ, ਉਦੋਂ ਫਿਰ ਕੌਮਾਂ ਮਾਫ਼ ਨਹੀਂ ਕਰਦੇ ਹੈਗੇ। ਸ਼੍ਰੀ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ ਸੀ, ਉਦੋਂ ਵੀ ਇੱਕ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਗਲਤੀ, ਅੱਜ ਤੱਕ ਸਾਰੀ ਕਾਂਗਰਸ ਦੋਸ਼ੀ ਆ, ਅਤੇ ਉਦੋਂ ਵੀ ਉਹਨੂੰ ਲੋੜ ਨਹੀਂ ਸੀ
ਉਦੋਂ ਵੀ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਹੋ ਸਕਦਾ ਸੀ, ਉਦੋਂ ਵੀ ਵੱਡੇ ਜਰਨੈਲਾਂ ਨੇ ਸਮਝਾਇਆ ਸੀ ਕਿ ਨਾ ਕਰੋ, ਲੇਕਿਨ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਦਿਮਾਗ ਖਰਾਬ ਹੋ ਜਾਊਗਾ, ਉਹਨਾਂ ਨੇ ਗਲਤੀ ਕੀਤੀ। ਉਸ ਤੋਂ ਬਾਅਦ ਜੋ ਨਤੀਜੇ ਹੋਏ ਉਹ ਸਾਰਿਆਂ ਦੇ ਸਾਹਮਣੇ ਨੇ। ਇਸ ਮਸਲੇ ਦੇ ਵਿੱਚ ਵੀ ਜਾਂ ਬਾਈਬਲ ਕਲਾਂ ਗੋਲੀਕਾਂਡ ਜਾਂ ਕੋਟਕਪੁਰਾ, ਉਦੋਂ ਵੀ ਸਰਕਾਰ ਨੂੰ ਬੜੀ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਸੀ, ਪਰ ਪ੍ਰੋਪਰ ਐਕਸ਼ਨ ਨਹੀਂ ਸੀ, ਪੁਲਿਸ ਦਾ ਫੇਲੀਅਰ ਸੀ। ਹੁਣ ਵੀ ਆ ਜਿਹੜਾ ਅਕਾਲ ਬੁੰਗਾ ਸਾਹਿਬ ਦੇ ਵਿੱਚ ਹੋਇਆ, ਇਹ ਪੁਲਿਸ ਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਐਕਸ਼ਨ ਮਾੜਾ ਸੀ। ਸਵਾਲ ਹੈ ਕਿ ਜਦੋਂ ਸਰਕਾਰ ਸੱਤਾ ਦੇ ਵਿੱਚ ਹੁੰਦੀ ਨਾ, ਉਦੋਂ ਸੱਤਾ ਦੇ ਨਾਲ ਨਸ਼ਾ ਹੁੰਦਾ, ਅਤੇ ਜਦੋਂ ਨਸ਼ਾ ਹੋਵੇ ਨਾ ਕਿਸੇ ਵੀ ਚੀਜ਼ ਦਾ, ਉਹ ਜੋ ਤੁਹਾਡੇ ਸਿਰ ਚੜ੍ਹ ਕੇ ਬੋਲਦਾ ਹੈਗਾ ਨਾ, ਉਹਦਾ ਕੋਈ ਨਾ ਕੋਈ ਵੱਡੀ ਗਲਤੀ ਹੋ ਜਾਂਦੀ। ਉਹ ਚਾਹੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਇੰਦਰਾ ਗਾਂਧੀ ਦੀ ਗਲਤੀ ਸੀ, ਜੇ ਗੁਰੂ ਸਾਹਿਬ ਦੇ ਚੋਰੀ ਹੋਣਾ ਅੰਕ ਖਿਲਾਰਦੇ ਨੇ ਹੈਗੇ ਗੋਲੀ ਚੱਲਣੀ, ਅਕਾਲੀ ਦਲ ਨੇ ਮੌਕੇ 'ਤੇ ਕੋਈ ਕਾਰਵਾਈ ਨਹੀਂ ਕੀਤੀ, ਅਕਾਲੀ ਦਲ ਦੀ ਗਲਤੀ ਸੀ। ਹੁਣ ਜੇ ਆਹ ਜਿਹੜੀ ਮਸਲਾ ਹੈ, ਜੇ ਅਕਾਲ ਬੁੰਗਾ ਸਾਹਿਬ ਦੇ ਵਿੱਚ ਇਹ ਸਾਰਾ ਕੁਛ ਐਕਸ਼ਨ ਹੋਇਆ, ਤਾਂ ਇਸ ਪੰਜਾਬ ਸਰਕਾਰ ਦੀ ਗਲਤੀ ਆ। ਉਹ ਨਾਲ ਹੀ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਦੇ ਉੱਤੇ ਗੱਲ ਕਰੀਏ। ਸੁਖਪਾਲ ਸਿੰਘ, ਸਾਰਿਆਂ ਨੂੰ ਪਤਾ ਵੀ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ। ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅੱਜ ਇੱਕ ਸਵਾਲ, ਇੱਕ ਖਦਸ਼ਾ ਚੁੱਕਿਆ ਕਿ ਜਿਹੜਾ ਪੰਜਾਬ ਸਰਕਾਰ ਡੀ ਜੀ ਪੀ ਭਗਵੰਤ ਮਾਨ ਨੂੰ ਸਿੱਧਾ ਹੀ ਉਹਨਾਂ ਨੇ ਟਵੀਟ ਕੀਤਾ ਹੈਗਾ ਵੀ ਉਹਨਾਂ ਦੀ ਜਾਨ ਨੂੰ ਖਤਰਾ। ਸੁਖਪਾਲ ਖਹਿਰਾ ਜੇਲ੍ਹ 'ਚ ਬੰਦ ਨੇ, ਪਰ ਉਹਨੇ ਜਾਨ ਦਾ, ਉਹਨਾਂ ਦੀ ਜਾਨ ਨੂੰ ਖਤਰਾ ਕਿਹੜੇ ਸ਼ਖਸ ਤੋਂ ਹੈਗਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਅੱਜ ਹੀ ਕਾਂਗਰਸ ਪਾਰਟੀ ਨੂੰ ਪਤਾ ਲੱਗਾ ਕਿ ਉਹਨਾਂ ਨੇ ਟਵੀਟ ਕੀਤਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ, ਰਾਜਾ ਅਮਰਿੰਦਰ ਸਿੰਘ ਵੜਿੰਗ ਹੋਣਾ ਨੇ, ਕਿ ਸੁਖਪਾਲ ਸਿੰਘ ਖਹਿਰਾ ਨੂੰ ਧਮਕੀ ਆਈ ਸੀ, ਕਿਉਂਕਿ ਸ਼ਾਇਦ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਹੋਊਗਾ ਕਿ, ਔਰ ਪੁਲਿਸ ਨੂੰ ਪਤਾ, ਪੰਜਾਬ ਦੇ ਡੀ ਜੀ ਪੀ ਨੂੰ ਵੀ ਪਤਾ, ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰ ਕਹਿ ਰਹੇ ਨੇ, ਪੰਜਾਬ ਦੇ ਸੀ ਐੱਮ ਨੂੰ ਵੀ ਪਤਾ ਹੋਊਗਾ, ਕਿਉਂਕਿ ਇਹ ਜਿਹੜੀ ਇਨਪੁੱਟ ਬਾਹਰ ਆਈ ਆ ਉਹ ਪੰਜਾਬ ਦੇ ਇੰਟੈਲੀਜੈਂਸ ਵਿਭਾਗ ਤੋਂ ਆਈ ਆ। ਅਤੇ ਜਿਹੜਾ ਅੱਜ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਜਾਂ ਰਾਜਾ ਵੜਿੰਗ ਸਾਹਿਬ ਨੇ ਜਿਹੜਾ ਟਵੀਟ ਕੀਤਾ ਹੈਗਾ, ਹਾਲਾਂਕਿ ਟਵੀਟ ਸਾਰੇ ਸੇਮ ਵਰਡਿੰਗ ਆ, ਉਹਨਾਂ ਨੇ ਬੜਾ ਸਪੱਸ਼ਟ ਲਿਖਿਆ ਹੈਗਾ ਕਿ ਜਿਹੜਾ ਇੱਕ ਗੈਂਗਸਟਰ ਆ ਅਰਸ਼ਦੀਪ ਸਿੰਘ ਲੰਡਾ, ਜਿਹਨੂੰ ਹਾਲ ਹੀ 3-4 ਦਿਨ ਪਹਿਲਾਂ ਭਾਰਤ ਸਰਕਾਰ ਨੇ ਉਹਨਾਂ ਨੂੰ ਇੱਕ ਬੜਾ ਖਤਰਨਾਕ ਅੱਤਵਾਦੀ ਘੋਸ਼ਿਤ ਕਰ ਦਿੱਤਾ ਹੈਗਾ, ਉਹਦਾ ਕੋਈ ਨਾ ਕੋਈ ਬੰਦਾ ਫੜਿਆ ਫੁੜਿਆ ਗਿਆ। ਉਹਨਾਂ ਨੇ ਕਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਵੀ ਧਮਕੀ ਆ ਉਹਦੇ 'ਚ, ਕਿਉਂਕਿ ਇਹਨਾਂ ਦੀ ਪੁਲਿਸ ਵਾਲੇ ਇੱਕ ਦੂਜਿਆਂ ਦੇ ਕਰਦੇ ਰਹਿੰਦੇ ਹੈਗੇ ਨੇ, ਟੈਪਿੰਗ ਜਾਂ ਇੰਟੈਰੋਗੇਸ਼ਨ ਦੌਰਾਨ ਕੋਈ ਨਾ ਕੋਈ ਗੁਰਗੇ ਨੇ ਦੱਸ ਦਿੱਤਾ ਹੋਊਗਾ ਕਿ ਸੁਖਪਾਲ ਸਿੰਘ ਖਹਿਰਾ ਹਿੱਟ ਲਿਸਟ 'ਤੇ ਨੇ। ਅਗਰ ਸੁਖਪਾਲ ਸਿੰਘ ਖਹਿਰਾ ਹਿੱਟ ਲਿਸਟ 'ਤੇ ਨੇ, ਲਾਜ਼ਮੀ ਤੌਰ 'ਤੇ ਚਿੰਤਾ ਦਾ ਵਿਸ਼ਾ ਹੈਗਾ। ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ, ਕੌਮ ਦੀ ਗੱਲ ਕਰਦਾ ਹੈਗਾ, ਪੰਜਾਬੀ ਦੀ ਗੱਲ ਕਰਦਾ ਹੈਗਾ, ਪੰਜਾਬ ਦਾ ਫਿਕਰਮੰਦ ਆ। ਔਰ ਅਗਰ ਇਹੋ ਜਿਹੇ ਲੋਕਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਐਲੀਮੀਨੇਟ ਵਾਲਾ ਸਵਾਲ ਹੈ, ਕਿਉਂਕਿ ਜਾਨੋਂ ਮਾਰਨੀਆਂ ਗੱਲਾਂ ਹੋ ਰਹੀਆਂ, ਇਹ ਇਹ ਸਿਰਫ ਕਾਂਗਰਸ ਦਾ ਸਵਾਲ ਨਹੀਂ ਹੈ, ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ। ਠੀਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ, ਪਰ ਮੁੱਖ ਮੰਤਰੀ ਭਗਵੰਤ ਮਾਨ 3 ਕਰੋੜ ਪੰਜਾਬੀਆਂ ਦਾ, ਉਹਦੇ 'ਚ ਸਾਰੇ ਅਕਾਲੀ ਦਲ ਵੀ ਆਉਂਦੇ, ਉਹਦੇ 'ਚ ਸਾਰੇ ਬੀਜੇਪੀ ਵੀ ਆਉਂਦੇ, ਉਹਦੇ 'ਚ ਸਾਰੇ ਕਾਂਗਰਸ ਵੀ ਆਉਂਦੇ, ਉਹਦੇ 'ਚ ਸਾਰੇ ਆਮ ਬੰਦੇ ਵੀ ਆਉਂਦੇ, ਉਹਦੇ 'ਚ MLA ਵੀ ਆਉਂਦੇ ਅਗਲੇ। ਇਸ ਕਰਕੇ ਸਰਕਾਰ ਨੂੰ ਬੜਾ ਸੀਰੀਅਸ ਲੈਣਾ ਚਾਹੀਦਾ, ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਸੀਰੀਅਸ ਲੈਣਾ ਚਾਹੀਦਾ, ਕਿਉਂਕਿ ਪੋਲੀਟੀਕਲ ਲੜਾਈਆਂ ਹੋਰ ਹੁੰਦੀਆਂ, ਲੇਕਿਨ ਜਿਹੜੇ ਅਫਸਰ ਹੁੰਦੇ ਨੇ, ਚਾਹੇ ਉਹ ਸਿਵਲ ਪ੍ਰਸ਼ਾਸਨ ਚਾਹੇ ਉਹ ਪੁਲਿਸ ਵਾਲੇ ਹੋਣ, ਉਹਨਾਂ ਨੂੰ ਸੱਤਾ ਨੂੰ ਸਾਈਡ 'ਤੇ ਰੱਖ ਕੇ ਆਪਣੀ ਵਰਦੀ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੀ ਜ਼ਮੀਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨਾ ਚਾਹੀਦਾ ਹੈਗਾ। ਅੱਜ ਪੋਲੀਟੀ ਆਮ ਆਦਮੀ ਪਾਰਟੀ ਸਰਕਾਰ, ਕੱਲ੍ਹ ਨੂੰ ਕਿਸੇ ਦੀ ਹੋਰ ਆ ਜਾਣੀ ਹੈ, ਤੁਹਾਡੇ ਜਿਹੜੇ ਫਰਜ਼ ਨੇ ਉਹਨਾਂ 'ਚ ਕੁਤਾਹੀ ਨਹੀਂ ਹੋਣੀ ਚਾਹੀਦੀ। ਹੁਣ ਉਹਨਾਂ ਨੇ ਦੋਨਾਂ ਲੀਡਰਾਂ ਨੇ, ਹੋ ਸਕਦਾ ਕਿ ਬਾਕੀਆਂ ਨੇ ਵੀ ਟਵੀਟ ਕੀਤੇ ਹੋਣ, ਪਰ ਜਿਹੜਾ ਰਾਜਾ ਅਮਰਿੰਦਰ ਸਿੰਘ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਗਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੁਛ ਨਾ ਕੁਛ ਹੋ ਜਾਂਦਾ, ਜਾਂ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ, ਸਿੱਧੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਸਾਹਿਬ ਜ਼ਿੰਮੇਵਾਰ ਹੋਣਗੇ। ਇਹ ਬੜਾ ਸੀਰੀਅਸ ਆ, ਸਰਕਾਰ ਨੂੰ ਇਸ ਮਸਲੇ ਦਾ ਸੀਰੀਅਸ ਹੋਣਾ ਪਊਗਾ। ਤੁਸੀਂ ਮਜ਼ਾਕ ਦੇ ਤੌਰ 'ਤੇ, ਹਲਕੇ ਦੇ ਤੌਰ 'ਤੇ,
ਤੁਸੀਂ ਨਹੀਂ ਲੈ ਸਕਦੇ ਹੈਗੇ। ਦੇਖੋ ਜਿਹੜੇ ਗੈਂਗਸਟਰ ਨੇ ਜਾਂ ਗੈਂਗਸਟਰ ਤੋਂ ਜਿਨ੍ਹਾਂ ਨੂੰ ਹੁਣ ਅੱਤਵਾਦੀ ਬਣਾਇਆ ਗਿਆ ਕਿਉਂਕਿ ਇੱਕ ਦੂਜੇ ਦੇ ਨਾਲ ਜੁੜ ਚੁੱਕੇ ਨੇ, ਹੁਣ ਸਲਮਾਨ ਖਾਨ ਨੂੰ ਵੀ ਲਾਰੈਂਸ ਬਿਸ਼ਨੋਈ ਨੇ ਧਮਕੀ ਦਿੱਤੀ ਹੈ, ਅਤੇ ਲਾਰੈਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਇੱਕ ਸੈਟੇਲਾਈਟ ਚੈਨਲ 'ਤੇ ਇੰਟਰਵਿਊ ਚੱਲੀ ਆ, ਉਸ ਤੋਂ ਬਾਅਦ ਸਲਮਾਨ ਖਾਨ ਦੀ ਵਧਾ ਦਿੱਤੀ ਗਈ ਹੈ ਸਿਕਿਉਰਟੀ। ਇਸ ਮਸਲੇ 'ਚ ਸੁਖਪਾਲ ਸਿੰਘ ਖਹਿਰਾ, ਉਹਦੇ ਪਰਿਵਾਰ ਦੀ ਸਿਕਿਉਰਟੀ ਵਧਾ ਦੇਣੀ ਚਾਹੀਦੀ ਹੈ ਕਿਉਂਕਿ ਜਿਹੜਾ ਅਰਸ਼ਦੀਪ ਲੰਡਾ ਜਿਹੜਾ ਗੈਂਗਸਟਰ ਜਾਂ ਹੁਣ ਭਾਰਤ ਸਰਕਾਰ ਕਰੀਏ ਬਹੁਤ ਖਤਰਨਾਕ ਅੱਤਵਾਦੀ ਆ, ਉਹਦੇ ਸੰਬੰਧ ਕਿਹਦੇ ਨਾਲ ਆ, ਉਹਦੇ ਸੰਬੰਧ ਲਾਰੈਂਸ ਬਿਸ਼ਨੋਈ ਨੇ, ਅਤੇ ਲਾਰੈਂਸ ਬਿਸ਼ਨੋਈ ਦਾ ਬੰਦਾ ਜਾਂ ਇਹਨਾਂ ਦੇ ਬੰਦਾ ਹੀ ਕਿ ਪੁਲਿਸ ਦੇ ਹੱਥ ਚੜ੍ਹੇ ਜਾਂ ਉਸ ਮਸਲੇ ਦੇ ਵਿੱਚ, ਇਹ ਤਾਂ ਹੁਣ ADGP ਜਾਂ ਇੰਟੈਲੀਜੈਂਸ ਜਿਹੜਾ ਦੇਖਦੇ ਨੇ ਉਹਨਾਂ ਨੂੰ ਇਹ ਸਥਿਤੀ ਸਪੱਸ਼ਟ ਕਰਨੀ ਚਾਹੀਦੀ, ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟ ਕਰਨੀ ਚਾਹੀਦੀ ਆ, DGP ਨੂੰ ਸਪੱਸ਼ਟ ਕਰਨੀ ਚਾਹੀਦੀ ਹੈਗੀ ਹੈ ਕਿ ਕਿਸੇ ਵੀ ਪੰਜਾਬੀ ਦੀ, ਉਹ ਚਾਹੇ ਕਿਸੇ ਦੂਜੇ ਪੰਜਾਬੀ ਕਿਸੇ ਹੋਰ ਪਾਰਟੀ ਦੇ ਨਾਲ ਸੰਬੰਧ ਰੱਖਦੇ, ਉਹ ਸਾਡੀ ਜ਼ਿੰਮੇਵਾਰੀ ਹੈਗੀ ਆ ਕਿਸੇ ਦੀ ਜਾਨ ਮਾਲ ਰਾਖੀ ਕਰਨਾ ਗਾ। ਵੱਖਰੀ ਗੱਲ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਵਖਰੇਵੇਂ ਨੇ, ਉਹਨਾਂ ਦੇ ਮਤਭੇਦ ਨੇ, ਮਨਭੇਦ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ, ਪਰ ਕਿਸੇ ਬੰਦੇ ਦੀ ਜਿਹੜੇ ਮਤਭੇਦ ਨਾਲੋਂ ਮਨਭੇਦ ਨਾਲੋਂ ਵਿਚਾਰਾਂ ਨਾਲੋਂ ਬੰਦੇ ਦੀ ਇੰਪੋਰਟੈਂਟ ਕੀ ਆ, ਜ਼ਿੰਦਗੀ। ਅਤੇ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਹੋਵੇ ਚਾਹੇ ਕੋਈ ਹੋਰ ਹੋਵੇ, ਉਹਦੀ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦੇ ਸਰਕਾਰ ਨੂੰ ਕੁਤਾਹੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਅੱਗੇ ਸਰਕਾਰ ਦੀ ਲਾਪਰਵਾਹੀ ਕਰਕੇ, ਅਣਗਹਿਲੀ ਕਰਕੇ, ਫੋਕੀ ਸ਼ੋਹਰਤ ਕਰਕੇ ਮਾਪਿਆਂ ਦਾ ਇਕਲੌਤਾ ਪੁੱਤ ਸਿੱਧੂ ਮੂਸੇਵਾਲਾ ਉਹਦਾ ਕਤਲ ਹੋਇਆ, ਉਹ ਸਰਕਾਰ ਦੀ ਲਾਪਰਵਾਹੀ ਲਾ ਲਓ, ਸਰਕਾਰ ਦੀ ਅਣਗਹਿਲੀ ਲਾ ਲਓ, ਸਰਕਾਰ ਦੀ ਫੋਕੀ ਸ਼ੋਹਰਤ ਲਾ ਲਓ, ਉਹਦਾ ਨੁਕਸਾਨ ਹੈ ਜੇ ਉਹਦੀ ਨਾ ਉਦਣ ਸਿਕਿਉਰਟੀ ਘੱਟ ਕਰਦੀ ਸਰਕਾਰ, ਅਤੇ ਅੱਜ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦੇ ਵਿਹੜੇ 'ਚੋਂ ਖੇਡਦਾ ਦਿਖਾਈ ਦੇਣਾ ਸੀ, ਲੋਕਾਂ ਨੂੰ ਗਾਣੇ ਸੁਣਾਉਂਦਾ ਦਿਖਾਈ ਦੇਣਾ ਸੀ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਤੁਹਾਨੂੰ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ, ਜੇ ਤੁਸੀਂ ਨਹੀਂ ਸਬਕ ਸਿੱਖਦੇ ਹੈਗੇ ਤਾਂ ਲੋਕ ਤੁਹਾਨੂੰ ਮਾਫ਼ ਨਹੀਂ ਕਰਨਗੇ। ਇੱਕ 2024 ਦੀਆਂ ਚੋਣਾਂ ਨੇੜੇ ਨੇ, ਇੰਡੀਆ ਦਾ ਜਿਹੜਾ ਅਲਾਇੰਸ ਹੋਇਆ ਹੈਗਾ ਗਠਬੰਧਨ ਦਾ, ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਅਲਾਇੰਸ ਹੈ ਉਹ ਦਿੱਲੀ ਦੇ ਵਿੱਚ ਹੋ ਜਾਂਦਾ, ਪੰਜਾਬ ਦੇ ਵਿੱਚ ਹੁਣ ਸੰਭਾਵਨਾ ਕੀ ਨੇ, ਕੀ ਸਹਿਮਤੀ ਬਣ ਚੁੱਕੀ ਹੈ ਇੱਥੇ ਅਸੀਂ ਅਲਾਇੰਸ ਕਰਾਂਗੇ? ਦੇਖੋ ਜਿਹੜੀ ਅੱਜ ਜਿਹੜਾ ਇੰਡੀਆ ਗੱਠਜੋੜ 'ਚ ਸਭ ਤੋਂ ਵੱਡੀ ਪਾਰਟੀ ਆ ਕਾਂਗਰਸ ਪਾਰਟੀ, ਔਰ ਇਹਦੇ 'ਚ ਕੋਈ 27-28 ਪਾਰਟੀਆਂ, ਕਾਂਗਰਸ ਪਾਰਟੀ ਨੇ ਪਿਛਲੇ ਦਿਨ ਹੀ ਜਿਹੜੀ RLD ਪਾਰਟੀ ਹੈਗੀ ਆ ਉਹਦੇ ਨਾਲ ਮੀਟਿੰਗ ਕੀਤੀ ਹੈਗੀ ਆ, ਉਹਦੇ 'ਚ ਸੀਟਾਂ ਦੀ ਉਹ 9 ਸੀਟਾਂ ਮੰਗਦੇ ਨੇ ਕਾਂਗਰਸ ਪਾਰਟੀ, ਪਰ ਹਾਲੇ ਉਹਨਾਂ ਨੂੰ ਇੱਕ ਵੀ ਨਹੀਂ ਆਈ ਸੀ ਬਿਹਾਰ ਦੇ ਵਿੱਚ। ਹੁਣ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਆ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ, ਕਾਂਗਰਸ ਪਾਰਟੀ ਵੱਲੋਂ ਜਿਹੜੇ ਸਕਰੀਨਿੰਗ ਕਮੇਟੀ ਦੇ ਮੈਂਬਰ ਬਣਾਏ ਗਏ, ਜਿਹੜੀ ਤਾਲਮੇਲ ਕਮੇਟੀ, ਉਹਦੇ 'ਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਫਿਰ ਉੱਥੋਂ ਦੇ ਅਰਵਿੰਦਰ ਸਿੰਘ ਲਵਲੀ ਜਿਹੜੇ ਨੇ ਜਿਹੜੇ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਫਿਰ ਮੁਕੁਲ ਵਾਸਨਿਕ, ਇਹ 4 ਜਣੇ, ਉੱਧਰੋਂ ਸੰਦੀਪ ਪਾਠਕ, ਸੌਰਵ ਭਾਰਤਵਾਜ ਅਤੇ ਆਤਸ਼ੀ ਇਹ ਪੇਸ਼ ਹੋਏ ਨੇ। ਉਹਦੇ 'ਚ ਦੋਨੇ ਪਾਰਟੀਆਂ ਖੁਸ਼ ਨੇ ਕਿਉਂਕਿ ਦਿੱਲੀ ਦੀ ਗੱਲ ਹੈਗੀ ਆ, ਦਿੱਲੀ ਦੇ ਵਿੱਚ 7 ਸੀਟਾਂ ਨੇ ਲੋਕ ਸਭਾ ਦੀਆਂ। ਹੁਣ ਦਿੱਲੀ ਦੇ ਵਿੱਚ ਬੜਾ ਫੰਡਾ ਕਲੀਅਰ ਆ ਕਿ ਜਦੋਂ ਦਿੱਲੀ ਦੇ ਵਿੱਚ ਲੋਕ ਸਭਾ, ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਉਹ 7 ਦੀਆਂ 7 ਜਿਹੜੀਆਂ ਸੀਟਾਂ ਨੇ ਉਹ BJP ਦੇ ਖਾਤੇ ਚਲੇ ਜਾਂਦੀਆਂ ਨੇ, ਅਤੇ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਨੇ ਉਦੋਂ ਸਾਰੀਆਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣ ਜਾਂਦੇ,
ਉਦੋਂ ਬੀਜੇਪੀ ਨੂੰ ਸੀਟਾਂ ਹੀ ਕਦੀ 3 ਆਉਂਦੀਆਂ ਕਦੀ 4 ਆਉਂਦੀਆਂ ਨੇ। ਹੁਣ ਇਸ ਮਸਲੇ ਦੇ ਵਿੱਚ ਆ ਕਿ ਜੇ ਗੱਠਜੋੜ ਹੋ ਜਾਂਦਾ ਹੈਗਾ ਅਤੇ ਉਹ ਕੀ 4 'ਤੇ ਕਾਂਗਰਸ ਲੜੂਗੀ ਕਿ ਜਾਂ 3 'ਤੇ ਬੀਜੇਪੀ ਆਪ ਲੜੂਗੀ ਜਾਂ 4 'ਤੇ ਆਪ ਲੜੇਗੀ ਜਾਂ ਫਿਰ 3 'ਤੇ ਕਾਂਗਰਸ ਲੜੇਗੀ, ਉੱਥੇ ਗੱਠਜੋੜ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਉਹ ਲੱਗਦਾ ਹੋ ਵੀ ਜਾਊਗਾ ਜਿਸ ਹਿਸਾਬ ਦੇ ਨਾਲ ਅੱਜ ਸਾਰੇ 7-8 ਲੀਡਰ ਦੋਨਾਂ ਪਾਰਟੀਆਂ ਤੋਂ ਬੜੇ ਖੁਸ਼ ਸੀ, ਕਿਉਂਕਿ ਇਸ ਟਾਈਮ ਅਰਵਿੰਦ ਕੇਜਰੀਵਾਲ ਵੀ ਕਾਂਗਰਸ ਅੱਗੇ ਲਗਭਗ ਗੋਡੇ ਟੇਕ ਹੀ ਚੁੱਕੇ ਨੇ, ਉਹ ਵੀ ਬਿਪਤਾ ਦੇ ਵਿੱਚ ਫੜੇ ਹੋ ਕਿਉਂਕਿ ਉਹਨਾਂ ਦੀ ਟੌਪ ਦੀ ਲੀਡਰਸ਼ਿਪ ਤਾਂ ਫੜੀ ਹੋਈ ਹੈ, ਚਾਹੇ ਸੰਜੇ ਸਿੰਘ ਹੈ, ਚਾਹੇ ਸਤਿੰਦਰ ਜੈਨ ਨੇ, ਚਾਹੇ ਮਨੀਸ਼ ਸਿਸੋਦੀਆ ਨੇ, ਇੱਕ ਜਣਾ ਤਾਂ ਸਮਝੌਤਾ ਹੀ ਕਰ ਹੀ ਗਿਆ ਨਾ ਬਾਲੀਵੁੱਡ ਦੇ ਦੋ ਐਕਟਰਾਂ ਦੇ ਜ਼ਰੀਏ, ਉਹ ਤਾਂ ਸਮਝੌਤਾ ਕਰਕੇ ਬੈਠ ਗਏ ਨੇ। ਹੁਣ ਅਰਵਿੰਦ ਕੇਜਰੀਵਾਲ ਲੱਗਾ ਕਿ ਜੇ ਮੈਂ ਵੀ ਫੜਿਆ ਗਿਆ ਤਾਂ ਪਿੱਛੇ ਸੰਭਾਲੂਗਾ, ਇਸ ਕਰਕੇ ਕਾਂਗਰਸ ਪਾਰਟੀ ਅੱਗੇ ਉਹਨੇ ਤਾਂ ਆਪਣੀ ਝੋਲੀ ਅੱਡ ਹੀ ਦਿੱਤੀ ਹੈਗੀ ਆ, ਇਸ ਕਰਕੇ ਉਹ ਈਡੀ ਦੇ ਸਾਹਮਣੇ ਵੀ ਪੇਸ਼ ਹੋ ਰਹੇ ਕਿ ਕਾਂਗਰਸ ਦੇ ਨਾਲ ਗੱਠਜੋੜ ਦੇ ਨਾਲ ਚੱਲਦੇ ਹੈਗੇ ਅਤੇ ਚੰਗੇ ਰਹਾਂਗੇ। ਹੁਣ ਸਵਾਲ ਆ ਗਿਆ ਪੰਜਾਬ ਦਾ, ਪੰਜਾਬ ਦੇ ਵਿੱਚ ਕੀ ਆ ਕਿ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਹੈਗੀ ਆ ਕਾਂਗਰਸ ਪਾਰਟੀ, ਅਤੇ ਜੇ ਇੱਥੇ ਗੱਠਜੋੜ ਹੋ ਜਾਂਦਾ ਤਾਂ ਕਾਂਗਰਸ ਪਾਰਟੀ ਦੇ ਲੀਡਰ ਨੂੰ ਵੀ ਲੱਗਦਾ ਕਿ ਸਾਡਾ ਨੁਕਸਾਨ ਹੋ ਜਾਇਆ। ਜਿਹੜੇ ਪੰਜਾਬ ਤੋਂ ਜਿਹੜੇ MP ਨੇ, ਚਾਹੇ ਉਹਦੇ 'ਚ ਤੁਸੀਂ ਲਾ ਲਓ ਮਨੀਸ਼ ਤਿਵਾੜੀ ਸਾਹਿਬ ਲਾ ਲਓ, ਰਵਨੀਤ ਬਿੱਟੂ ਲਾ ਲਓ, ਗੁਰਜੀਤ ਔਜਲਾ ਲਾ ਲਓ, ਮੁਹੰਮਦ ਸਦੀਕ ਲਾ ਲਓ, ਅਮਰ ਸਿੰਘ ਲਾ ਲਓ, ਜਸਬੀਰ ਸਿੰਘ ਡਿੰਪਾ ਲਾ ਲਓ, ਹੈ ਨਾ, 6 ਤਾਂ ਇਹ ਨੇ। ਪ੍ਰਨੀਤ ਕੌਰ ਅਤੇ BJP 'ਚ ਲਾਓ ਚੱਲ ਗਈ ਹੈਗੀ ਆ, ਅਤੇ ਇੱਕ ਗੁਰਜੀਤ ਔਜਲਾ, ਦੂਜੇ ਇੱਕ ਜਿਹੜੀ ਜਲੰਧਰ ਤੋਂ ਡੈਥ ਹੋ ਗਈ ਉੱਥੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨੇ MP ਸੁਸ਼ੀਲ ਅਰੋੜਾ। ਜ਼ਿਆਦਾਤਰ ਕਾਂਗਰਸ ਪਾਰਟੀ ਦੇ ਜਿਹੜੇ ਲੋਕ ਸਭਾ ਮੈਂਬਰ ਉਹ ਤਾਂ ਚਾਹੁੰਦੇ ਨੇ ਕਿ ਗੱਠਜੋੜ ਹੋ ਜਾਵੇ। ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਕਿ ਹਾਈ ਕਮਾਨ, ਕਿਉਂਕਿ ਵੱਡਾ ਫੈਸਲਾ ਕਿ ਡੈਮੋਕ੍ਰੇਸੀ ਬਚਾਉਣੀ ਹੈਗੀ ਹੈ ਅਤੇ BJP ਨੂੰ ਹਰਾਉਣਾ ਹੋਊਗਾ, ਇਸ ਕਰਕੇ ਉਹਨਾਂ ਦੇ ਤਾਂ ਲੜਾਈ ਵੱਡੀ ਆ। ਪਰ ਬਾਕੀ ਜਿਹੜੀ ਪਾਰਟੀ ਆ ਉਹ ਕਹਿੰਦੇ ਕਿ ਨਹੀਂ, ਗੱਠਜੋੜ ਜੇ ਹੋ ਗਿਆ ਤਾਂ ਅਸੀਂ ਇੱਥੇ ਮਾਰੇ ਜਾਵਾਂਗੇ, ਅਸੀਂ ਆਪਣੇ ਪੈਰੀ ਆਪ ਕੁਹਾੜਾ ਮਾਰ ਲਾਂਗੇ। ਹੁਣ ਸਵਾਲ ਹੈ ਕਿ ਜਿਹੜੇ ਨਵੇਂ ਕਾਂਗਰਸ ਪਾਰਟੀ ਦੇ ਇੰਚਾਰਜ ਆ ਦਵਿੰਦਰ ਯਾਦਵ, ਉਹ ਅੱਜ ਪਹੁੰਚੇ ਨੇ ਪੰਜਾਬ, ਉਹਨਾਂ ਦੀ ਪਹਿਲੀ ਫੇਰੀ ਆ। ਉਹਨਾਂ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਗੋਲਡਨ ਟੈਂਪਲ ਮੱਥਾ ਟੇਕਿਆ, ਫਿਰ ਉਹ ਦੁਰਗਾਣਾ ਮੰਦਰ ਗਏ, ਫਿਰ ਉਹ ਰਾਮ ਤੀਰਥ ਗਏ ਨੇ, ਕਿਉਂਕਿ ਜਿਹੜਾ ਵੀ ਲੀਡਰ ਆਉਂਦਾ ਉਹਨੂੰ 3 ਘਰਾਂ 'ਚ ਜਾਣਾ ਪੈਂਦਾ ਹੈਗਾ ਗੁਰੂ ਘਰਾਂ ਦੇ ਵਿੱਚ। ਪਹਿਲਾਂ ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਮੱਥਾ ਟੇਕੂਗਾ, ਫਿਰ ਉਹ ਦੁਰਗਾਣਾ ਮੰਦਰ ਜਾਊਗਾ, ਫਿਰ ਉਹ ਰਾਮ ਤੀਰਥ ਜਾਊਗਾ, ਕਿਉਂਕਿ ਵੋਟ ਬੈਂਕ ਹੈ ਨਾ, ਵੀ ਜੇ ਦਰਬਾਰ ਸਾਹਿਬ ਨਹੀਂ ਗਏ ਹੈਗੇ ਤਾਂ ਸ਼ਾਇਦ ਸਿੱਖ ਨਾਲ ਨਾਰਾਜ਼ ਹੋਣ, ਜੇ ਦੁਰਗਾਣਾ ਮੰਦਰ ਨਾ ਗਏ ਤਾਂ ਸ਼ਾਇਦ ਹਿੰਦੂ ਨਾਲ ਨਾਰਾਜ਼ ਹੋਣ, ਜੇ ਤੁਸੀਂ ਰਾਮ ਤੀਰਥ ਨਾ ਗਏ ਹੈਗੇ ਤਾਂ ਕਿਤੇ ਦਲਿਤ ਭਰਾ ਨਾਲ ਨਾਰਾਜ਼ ਹੋ ਜਾਣ, ਉਹ ਸਾਰਿਆਂ ਨੂੰ ਮੱਥਾ ਟੇਕਣਾ ਹੀ ਪੈਂਦਾ ਉੱਥੇ ਜਾ ਕੇ। ਹੁਣ ਉਹਨਾਂ ਨੇ 4 ਦਿਨ ਦਵਿੰਦਰ ਯਾਦਵ ਸਾਹਿਬ ਨੇ ਇੱਥੇ ਰਹਿਣਾ ਹੈਗਾ, ਉਹ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ, ਬਲਾਕ ਪ੍ਰਧਾਨਾਂ ਦੇ ਨਾਲ, ਸਟੇਟ ਲੀਡਰਸ਼ਿਪ ਦੇ ਨਾਲ, ਵਰਕਿੰਗ ਕਮੇਟੀ ਦੇ ਨਾਲ, ਉਹ ਸਾਰਿਆਂ ਨਾਲ ਮੁਲਾਕਾਤ ਕਰਨਗੇ, ਵਿਚਾਰ ਇਕੱਠੇ ਕਰਨਗੇ, ਫਿਰ ਉਹ ਹਾਈਕਮਾਂਡ ਨੂੰ ਰਿਪੋਰਟ ਦੇ ਦੇਣਗੇ ਕਿ ਪੰਜਾਬ ਦੀ ਕਾਂਗਰਸ ਇਹ ਚਾਹੁੰਦੇ ਨੇ। ਪਰ ਐਂਡ ਵਾਲੇ ਦਿਨ ਕੀ ਹੋਊਗਾ ਫਾਈਨਲ, ਇਹ ਪੰਜਾਬ ਦੀ ਜਿਹੜੀ CLP ਇੱਕ ਮੀਟਿੰਗ ਕਰੂਗੇ, ਇੱਕ ਮਤਾ ਪਾਸ ਕਰਨਗੇ ਕਿ ਮੀਟਿੰਗ ਕੀਤੀ ਆ, ਅਸੀਂ ਸਾਰੇ ਜਿਹੜੇ ਰਾਈਟ ਆ ਅਸੀਂ ਮਲਕਰ ਜੇ ਖੜਗੇ ਜਾਂ ਰਾਹੁਲ ਗਾਂਧੀ ਨੂੰ ਦੇਣਗੇ, ਇਸ ਤੋਂ ਇਲਾਵਾ ਇਹਨਾਂ ਕੁਛ ਲੈ ਨਹੀਂ ਕਰ। ਜਿਹੜੀ ਆਪ ਗੱਲਾਂ ਕਰਦੇ ਨੇ ਵੀ ਜੇ ਇਹਨਾਂ ਨੇ ਕਰ ਲਿਆ ਸਮਝੌਤਾ ਤਾਂ ਅਸੀਂ ਘਰ ਬਹਿ ਜਾਂਗੇ ਜਾ ਕੇ, ਕਾਂਗਰਸ ਪਾਰਟੀ ਕਹੂ ਬਹਿ ਜੇ। ਕਾਂਗਰਸ ਪਾਰਟੀ ਉੱਥੇ ਦਿੱਲੀ 'ਚ 2 ਵਾਰਾਂ ਨਾ ਬਿਹਾਰ 'ਚ ਦਿਲ ਕਦੀ ਵਾਪਸੀ ਹੋਈ, ਨਾ UP 'ਚ ਹੋਈ, ਨਾ ਦਿੱਲੀ ਦੇ ਵਿੱਚ ਹੋਈ, ਨਾ ਲੋਕ ਸਭਾ 'ਚ ਵੀ, ਨੈਸ਼ਨਲ ਲੈਵਲ 'ਤੇ ਵੀ 10 ਸਾਲ ਸੱਤਾ ਤੋਂ ਬਾਹਰ ਜੇ ਕਹਿਣਗੇ 3-4 ਘਰ ਵੀ ਬੈਠ ਜਾਂਦੇ ਕਿ ਉਹ ਕਾਂਗਰਸ ਕਹੂਗੀ ਕਿਹੜੇ ਵੀ ਮੇਲੇ ਲੱਗਣੇ ਬੰਦ ਹੋ ਜਾਣੇ ਜਾਂ ਕਿਹੜਾ ਸੂਰਜ ਚੜ੍ਹਨਾ ਬੰਦ ਹੋ ਜਾਊਗਾ। ਇਸ ਕਰਕੇ ਇਹਨਾਂ ਨੇ ਇੱਕੋ ਲਾਈਨ, ਜਿੰਨੀ ਕਿ ਪੰਜਾਬ ਦੇ ਲੀਡਰਾਂ ਦੀ ਹੈਸੀਅਤ ਆ, ਵਜੂਦ ਆ, ਇੱਕ ਲਾਈਨ ਦਾ ਇੱਕ ਉਹਨਾਂ ਦੇ ਉੱਪਰੋਂ ਡੰਡਾ ਮਾਰਨਾ ਹੈਗਾ, ਸਾਰਿਆਂ ਨੇ ਚੂਮ ਨਹੀਂ ਕਰਨੀ ਹੈਗੀ, ਇੱਕ ਲਾਈਨ ਪਾ ਦੇਣਗੇ ਕਿ ਅੱਜ ਮੀਟਿੰਗ ਹੋਈ ਆ, ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਗਿਆ ਕਿ ਜਿਹੜਾ ਗੱਠਜੋੜ ਜਿਹੜੇ ਅਧਿਕਾਰ ਆ ਇਹ ਮਲਕਰਜੇ ਖੜਗੇ ਨੂੰ, ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਦਿੱਤੀ ਨੇ, ਗੱਠਜੋੜ ਹੋ ਜੂਗਾ। ਇਹ ਗੱਠਜੋੜ ਤਾਂ ਹੋਣ ਆਉਣਾ ਕਿਉਂਕਿ ਲੜਾਈ ਉਹ ਵੱਡੀ ਕਰਕੇ ਬੈਠੇ ਨੇ। ਇਹਨਾਂ ਨੇ ਕਿਸੇ ਨਹੀਂ ਬੋਲਣਾ ਗਾ, ਜਿਹੜਾ ਬੋਲੂਗਾ ਉਹਨਾਂ ਨੇ ਆਪਣਾ ਪੋਲੀਟੀਕਲ ਕੈਰੀਅਰ ਖਤਮ ਕਰਨਗੇ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਰਾਜਾ ਅਮਰਿੰਦਰ ਸਿੰਘ ਬੜੇਂਗ ਹੋਣ। ਪਰ ਜਿਸ ਹਿਸਾਬ ਦੇ ਨਾਲ ਹੁਣ ਚੱਲ ਰਿਹਾ
ਗੱਠਜੋੜ ਹੋਊਗਾ, ਕਿਉਂਕਿ ਕਦੀ ਭਗਵੰਤ ਮਾਨ ਸਾਹਿਬ ਦੀ ਕਦੀ ਟਿੱਪਣੀ ਨਹੀਂ ਆਈ ਕਾਂਗਰਸ ਦੇ ਖਿਲਾਫ, ਅਤੇ ਨਾ ਹੀ ਕਦੀ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਦੀ ਖੁੱਲ੍ਹ ਕੇ ਬੋਲਿਆ ਭਗਵੰਤ ਮਾਨ ਦੇ, ਜਾਂ ਰਵਨੀਤ ਸਿੰਘ ਬਿੱਟੂ ਨੇ ਕਦੀ ਬੋਲਿਆ, ਕਿ ਕਦੀ ਪ੍ਰਤਾਪ ਸਿੰਘ ਬਾਜਵਾ ਨੇ ਬੋਲਿਆ, ਕਿਹੜਾ ਲੀਡਰ ਬੋਲਿਆ ਭਗਵੰਤ ਮਾਨ ਸਾਹਿਬ ਦੇ ਖਿਲਾਫ? ਕੋਈ ਵੀ ਨਹੀਂ ਬੋਲਿਆ। ਇਹਦਾ ਮਤਲਬ ਕੀ ਹੈ? ਕਿ ਗੱਠਜੋੜ ਹੋਣ ਦਾ ਇਸ਼ਾਰਾ ਸੀ। ਇਸ ਕਰਕੇ ਇਹ ਮਸਲਾ ਇਹ ਹੈ ਕਿ ਹੋ ਸਕਦਾ ਕਿ 13 ਪੰਜਾਬ ਦੀਆਂ, ਇੱਕ ਚੰਡੀਗੜ੍ਹ ਦੀ 14, 7-7 ਸੀਟਾਂ 'ਤੇ ਹੋ ਜਾਵੇ, ਅਤੇ ਜੇ ਇੱਥੇ ਪੰਜਾਬ 'ਚ ਗੱਠਜੋੜ ਹੋ ਸਕਦਾ, ਅਤੇ ਅੱਜ ਦੀ ਤਰੀਕ ਨਾਲ ਇਹ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਜ਼ਿਆਦਾ ਸੀਟਾਂ ਲੈ ਕੇ ਜਿੱਤਣਗੇ। ਹੋ ਸਕਦਾ ਕਿ ਜੇ ਗੱਠਜੋੜ ਕਾਮਯਾਬ ਹੋ ਗਿਆ ਤਾਂ ਫਿਰ 27 ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਇਹਨਾਂ ਨੂੰ ਇਕੱਠੀਆਂ ਲੜਨੀਆਂ ਪੈਣ, ਇਹ ਵੀ ਹੋ ਸਕਦਾ। ਬਹੁਤ ਬਹੁਤ ਸ਼ੁਕਰੀਆ। ਅਸੀਂ ਅੱਜ 3 ਵਿਸ਼ੇ ਦੀ ਗੱਲ ਕੀਤੀ, ਤੁਹਾਨੂੰ ਇਹ ਸਾਡੇ ਜਿਹੜਾ ਪ੍ਰੋਗਰਾਮ ਹੈ ਉਹ ਕਿਵੇਂ ਲੱਗਿਆ ਆਪਣੀ ਰਾਏ ਸਾਨੂੰ ਜ਼ਰੂਰ ਭੇਜੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਸਾਨੂੰ ਦੋ ਆ ਗਿਆ, ਧੰਨਵਾਦ।